ਪੰਜਾਬ ਫੋਕਸ ਅੰਮ੍ਰਿਤਸਰ ਤੋਂ ਕੋਟ ਖਾਲਸਾ SHO ਸੰਜੀਵ ਕੁਮਾਰ, ਜੋ ਕਿ ਬਹੁਤ ਹੀ ਨਰਮ ਦਿਲ ਦੇ ਵੀ ਆ ਔਰ ਸਖ਼ਤ ਦਿਲ ਦੇ ਵੀ ਆ। ਜੇ ਨਰਮ ਦਿਲ ਦੀ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਉਹ ਇਹੋ ਇਹੋ ਜਿਹੀਆਂ ਕਰਤਵ ਕੀਤੇ ਆ ਕਿ ਇਹੋ ਜਿਹੇ ਉਪਰਾਲੇ ਵੀ ਕਰ ਚੁੱਕੇ, ਗਰੀਬਾਂ ਦੇ ਦਿਲ 'ਚ ਵੀ ਵੱਸ ਚੁੱਕੇ ਆ, ਔਰ ਇਹੋ ਜਿਹੇ ਇਹਨਾਂ ਨੇ ਉਪਰਾਲੇ ਕੀਤੇ ਕਿ ਜਿਹੜੇ ਕਿਸੇ ਨੇ ਅੱਜ ਤੱਕ ਕੀਤੇ ਨਾ ਹੋਣ। ਤੁਸੀਂ ਥੋੜ੍ਹੇ ਦਿਨਾਂ ਤੱਕ ਤੁਸੀਂ ਦੇਖਿਆ ਹੋਣਾ, ਰਕਸ਼ਾ ਲੈ ਕੇ ਖੁਦ ਡੋਰ ਟੂ ਡੋਰ ਜਾ ਕੇ ਰਾਸ਼ਨ ਦੇ ਰਹੇ ਗਰੀਬਾਂ ਨੂੰ, ਅਤੇ ਜੇ ਸਖਤਾਈ ਵੱਲ ਤੁਰੀਏ ਤਾਂ ਫਿਰ ਤੁਸੀਂ ਇਹਨਾਂ ਦੇ ਮੂੰਹੋਂ ਸੁਣ ਲੈਣਾ। ਮੈਂ ਤਾਂ ਆਪਾਂ ਤਾਂ ਦੇਖਿਆ ਆ, ਪਰ ਸਖਤਾਈ ਵੀ ਤੱਕ ਇਹਨਾਂ ਦੀ ਦਿਖਾਵਾਂਗੇ ਔਰ ਨਰਮ ਦਿਲੀ ਵੀ ਇਹਨਾਂ ਦੇ ਮੂੰਹੋਂ ਸੁਣਾਵਾਂਗੇ। ਸੋ ਤੁਹਾਨੂੰ ਮੈਂ ਮਿਲਾਉਣ ਜਾ ਰਿਹਾ SHO ਕੋਟ ਖਾਲਸਾ ਸੰਜੀਵ ਕੁਮਾਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਕੁਮਾਰ ਜੀ, ਮੈਂ ਪੰਜਾਬ ਫੋਕਸ ਤੋਂ। ਵੈਲਕਮ ਜੀ। ਅਤੇ ਸਰ, ਬੜੀਆਂ ਤੁਹਾਡੇ ਚਰਚੇ ਸੁਣੇ ਆ, ਬਟ ਤੁਸੀਂ ਨਰਮ ਦਿਲ ਦੇ ਵੀ ਹੋ ਅਤੇ ਸਖਤ ਦਿਲ ਦੇ ਵੀ ਹੋ, ਅਤੇ ਸਰ ਤੁਹਾਨੂੰ ਸਾਡੇ ਨਰਮ ਦਿਲ ਦੇ ਬਾਰੇ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਜਿਹੜੇ ਇਹ ਤੁਹਾਨੂੰ ਕਿੱਥੋਂ ਭਾਵਨਾ ਜਾਗੀ ਕਿ ਗਰੀਬਾਂ ਨੂੰ ਜਿਹੜੀ ਤੁਸੀਂ ਹੈਲਪ ਕਰਦੇ ਆ, ਇਹਦੇ ਬਾਰੇ ਤੁਹਾਨੂੰ ਚਾਹੁੰਦਾ ਜੀ। ਇਹ ਪਿਤਾ ਪੁਰਖ ਹੀ ਹੁੰਦਾ ਪਰਿਵਾਰ ਤੋਂ, ਮਾਂ ਪਿਓ ਦੇ ਆਸ਼ੀਰਵਾਦ ਹੁੰਦਾ, ਜੋ ਘਰ 'ਚ ਵੇਖਿਆ ਹੋਇਆ ਸੋ ਚੱਲਦਾ ਹੈ। ਮੇਰੇ ਮਦਰ ਕਰੀਬ 87-88 ਸਾਲ ਦੇ ਇਸ ਵੇਲੇ ਘਰ ਨੇ, ਉਹ ਅੱਜ ਵੀ ਹਰ ਦਿਨ ਤਿਉਹਾਰ 'ਤੇ ਕਾਫੀ ਦਾਨ ਪੁੰਨ ਕਰਨ ਦੇ ਆਦੀ ਨੇ, ਅਤੇ ਉਹ ਸਾਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਨੇ ਕਿ ਗਰੀਬ ਗੁਰਬੇ ਦੀ ਮਦਦ ਕਰੋ, ਪਰਮਾਤਮਾ ਤੁਹਾਡੀ ਕਰੇਗਾ। ਅਤੇ ਸਾਡੀ ਪਰਮਾਤਮਾ ਨੇ ਬਹੁਤ ਮਦਦ ਕੀਤੀ ਹੈ, ਕਿਉਂਕਿ ਜਦੋਂ ਨੌਕਰੀ ਨਹੀਂ ਸੀ ਮਿਲੀ, ਮੈਂ ਕਈ ਡਿਪਾਰਟਮੈਂਟਾਂ 'ਚ ਨੌਕਰੀ ਕੀਤੀ ਹੈ, ਦੱਸ ਨਹੀਂ ਸਕਦਾ ਕਿੰਨੀਆਂ ਕੁ, ਜਿਵੇਂ ਕਿ ਆਪਣੇ ਡਾਕਟਰ ਰਾਜ ਕੁਮਾਰੀ ਵੇਰਕਾ ਨੇ, ਇਹਨਾਂ ਦੇ ਮੈਂ ਇਕੱਠਿਆਂ ਮਾਰਕੀਟਿੰਗ ਕਮੇਟੀ 'ਚ ਨੌਕਰੀ ਕੀਤੀ ਹੈ। ਮੈਂ ਫੋਰੈਸਟ ਡਿਪਾਰਟਮੈਂਟ 'ਚ 8 ਰੁਪਏ ਦੇ ਕੀਤਾ ਹੈ, ਪੋਸਟ ਆਫਿਸ 'ਚ ਕੰਮ ਕੀਤਾ ਹੈ, ਕਈ ਡਿਪਾਰਟਮੈਂਟ ਹੋਰ ਨੇ ਜਿਨ੍ਹਾਂ 'ਚ ਮੈਂ ਨੌਕਰੀ ਕੀਤੀ ਹੈ। ਅਤੇ ਸ਼ੁਕਰਾਨਾ ਹੈ ਪਰਮਾਤਮਾ ਦਾ, ਉਹਦੀ ਵਡਿਆਈ ਹੈ ਕਿ ਅੱਜ ਨੌਕਰੀ ਮਿਲੀ ਹੈ। ਕੋਂਸਟੇਬਲ ਭਰਤੀ ਹੋਏ ਸਾਂ, ਅੱਜ ਇੰਸਪੈਕਟਰ ਹਾਂ, ਅਤੇ ਬੜੀ ਵੱਡੀ ਮਹਾਰਾਜ ਦੀ ਬਖਸ਼ਿਸ਼ ਹੈ, ਨਹੀਂ ਤਾਂ ਮੇਰੇ ਨਾਲ ਦੇ ਤਾਂ ਵਿਚਾਰੇ ਠਾਂਦਰ ਵੀ ਨਹੀਂ ਬਣੇ। ਸਰ ਦੇਖੇ ਨੇ ਜੇ ਆਪਾਂ ਹੋਰ ਕੁਝ ਦਿਨਾਂ ਤੋਂ, ਇੱਕ ਅਸੀਂ ਤੁਹਾਡੇ ਵੀਡੀਓ ਵੀ ਦੇਖੀ, ਹਰ ਇੱਕ ਨੇ, ਪਬਲਿਕ ਨੇ ਵੀ ਦੇਖੀ ਆ, ਕਿ ਤੁਸੀਂ ਇੱਕ ਇਹੋ ਜਿਹਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਆ, ਜਿਹੜਾ ਕਿਸੇ ਨੇ ਕੀਤਾ ਨਹੀਂ, ਉਹ ਰਕਸ਼ੇ ਦੇ ਉੱਤੇ ਤੁਸੀਂ ਡੋਰ ਟੂ ਡੋਰ ਜਾ ਕੇ ਘਰਾਂ ਦੇ ਗਏ ਹੋ, ਉਹਨਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਹੋ, ਅਤੇ ਸਰ ਥੋੜ੍ਹਾ ਜਿਹਾ ਉਹਨਾਂ ਬਾਰੇ ਚਾਨਣਾ ਦੱਸੋਗੇ? ਦੇਖੋ, ਗੱਲ ਮਹਿਸੂਸ ਕਰਨ ਦੀ ਹੁੰਦੀ ਹੈ, ਤੁਸੀਂ ਕੀ ਮਹਿਸੂਸ ਕਰਦੇ ਹੋ। ਹਰ ਚੀਜ਼ ਦੇ ਦੋ ਮਤਲਬ ਅਕਸਰ ਕਹੇ ਜਾਂਦੇ ਨੇ, ਕਹਿੰਦੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਸਮਾਂ ਮਾੜਾ ਹੈ, ਕਾਰਨ ਕੀ ਹੈ, ਕਰੋਨਾ ਵਾਇਰਸ ਫੈਲਣ ਕਰਕੇ ਜਿਹੜੇ ਮਿਹਨਤ ਕਸ਼ ਲੋਕ ਸਵੇਰੇ ਕਮਾਉਂਦੇ ਸੀ, ਸ਼ਾਮ ਨੂੰ ਖਾਂਦੇ ਸੀ, ਅੱਜ ਬਾਹਰ ਦੀ ਮਿਹਨਤ ਬੰਦ ਹੋਣ ਕਰਕੇ ਉਹ ਆਪਣੇ ਘਰਾਂ ਦੇ ਅੰਦਰ ਬੈਠੇ ਹੋਏ ਨੇ, ਉਹਨਾਂ ਨੂੰ ਰੋਜ਼ੀ ਰੋਟੀ ਤੋਂ ਆਤਰ ਨੇ, ਅਤੇ ਮਨ ਦੇ 'ਚ ਸੋਚ ਆਈ ਕਿ ਇਹਨਾਂ ਨੂੰ ਰੋਜ਼ੀ ਰੋਟੀ ਲਈ ਕੁਛ ਨਾ ਕੁਛ, ਜੋ ਤਿਲ ਫੁੱਲ ਪੇਟਾ ਹੋਵੇ ਦਿੱਤੀ ਜਾਵੇ। ਉਹਦੇ ਲਈ ਅਸੀਂ ਪਹਿਲਾਂ ਬਾਹਰ ਚੌਂਕ ਦੇ ਅੰਦਰ ਕੋਟ ਖਾਲਸਾ ਇੱਕ ਟੈਂਟ ਲਗਾਇਆ, ਟੇਬਲ ਲਗਾਏ, ਉੱਥੇ ਰਾਸ਼ਨ ਵੰਡਿਆ, ਵੇਖਿਆ ਵੀ ਉੱਥੇ ਕੁਛ ਬੰਦੇ ਉਹ ਜਿਹੇ ਨੇ ਜਿਹੜੇ ਕਿ ਆ ਕੇ ਲੈ ਜਾਂਦੇ ਨੇ, ਅਤੇ ਕੁਛ ਇਹ ਜਿਹੜੇ ਉੱਥੇ ਆ ਨਹੀਂ ਸਕਦੇ, ਜਿਨ੍ਹਾਂ ਨੂੰ ਮੈਸੇਜ ਨਹੀਂ ਪਹੁੰਚਦਾ, ਉਹ ਲੈ ਕੇ ਨਹੀਂ ਜਾ ਸਕਦੇ, ਕਈ ਦੋ ਵਾਰੀ ਵੀ ਲੈ ਜਾਂਦੇ ਨੇ। ਫਿਰ ਉਹ ਅਕਾਲ ਪੁਰਖ ਦਾ ਹੁਕਮ, ਉਹਨਾਂ ਨੇ ਇੱਕ ਸੋਝੀ ਦਿੱਤੀ ਮੈਨੂੰ ਕਿ ਤੂੰ ਘਰ ਘਰ ਜਾ ਕੇ ਰਾਸ਼ਨ ਵੰਡ, ਤਾਂ ਕਿ ਕੋਈ ਰਹਿ ਨਾ ਜਾਵੇ। ਜੇ ਤੁਸੀਂ ਉੱਥੇ 100 ਬੰਦੇ ਨੂੰ ਵੰਡਦੇ ਹੋ, ਤਾਂ ਕੱਲ੍ਹ ਨੂੰ ਉਹਦੇ ਘਰ ਜਾ ਕੇ ਪੁੱਛੋਗੇ, ਤਾਂ ਕਹਿੰਦੇ ਮੈਨੂੰ ਤਾਂ ਮਿਲਿਆ ਹੀ ਨਹੀਂ ਹੈ। ਜੇ ਤੁਸੀਂ ਘਰ ਪ੍ਰਤੀ ਵੰਡਿਆ ਕਰ, ਤੁਹਾਨੂੰ ਵੀ ਯਕੀਨ ਹੋਏਗਾ, ਮਨ ਨੂੰ ਤਸੱਲੀ ਵੀ ਇਸ ਘਰ 'ਚ ਰਾਸ਼ਨ ਚਲਾ ਗਿਆ, ਅਤੇ ਉਹ ਦੁਨੀਆ ਵੀ ਕਹੇਗੀ ਸਾਨੂੰ ਰਾਸ਼ਨ ਮਿਲ ਗਿਆ। ਸਰ ਮੈਂ ਤੁਹਾਡੀ ਗੱਲ, ਸਰ ਜਿਹੜਾ ਤੁਸੀਂ ਰਾਸ਼ਨ ਜਿਹੜਾ ਵੰਡ ਰਹੇ ਹੋ, ਜਿਹੜੀ ਹੈ ਆਪਣੇ ਲੰਗਰ ਦੀ ਵੀ ਸੇਵਾ ਕਰ ਰਹੇ ਹੋ, ਸਰ ਇਹ ਜਿਹੜੀ ਕਿ ਤੁਸੀਂ ਆਪਣੀ ਪੋਕਟ 'ਚੋਂ ਕਰ ਰਹੇ ਹੋ, ਜਾਂ ਤੁਹਾਡੇ ਨਾਲ ਕੋਈ ਗਵਰਨਮੈਂਟ ਵੱਲੋਂ ਤੁਸੀਂ ਕਰ ਰਹੇ ਹੋ, ਜਾਂ ਤੁਹਾਡੇ ਨਾਲ ਕੋਈ ਵੱਡੇ ਅਧਿਕਾਰੀ ਜਿਹੜੇ ਸਾਡੇ ਵੱਡੇ ਆਫਿਸਰ ਸਾਹਿਬ ਨੇ, ਉਹ ਤੁਹਾਡੇ ਨਾਲ ਰਲ ਕੇ ਜਿਹੜੀ ਸੰਸਥਾ ਚਲਾ ਰਹੇ ਹੋ, ਇਹਦੇ ਬਾਰੇ ਥੋੜ੍ਹਾ ਸਾਨੂੰ ਦੱਸੋਗੇ? ਮੇਰੇ ਨਾਲ ਬਹੁਤ ਵੱਡੀ ਸ਼ਕਤੀ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਅਤੇ ਗਰੀਬਾਂ ਨੂੰ ਭੁੱਖੇ ਸਾਧਾਂ ਨੂੰ ਰਾਸ਼ਨ ਛਕਾਇਆ ਸੀ, ਉਸ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਮੁਤਾਬਕ, ਅਤੇ ਅੱਜ ਮੈਂ ਵੀ ਉਹਦੇ ਥੋੜ੍ਹਾ ਛੋਟਾ ਜਿਹਾ ਉਪਰਾਲਾ ਕਰ ਰਿਹਾ, ਮੈਂ ਤਾਂ ਕੁਛ ਵੀ ਨਹੀਂ ਕਰ ਰਿਹਾ। ਬਾਬੇ ਨਾਨਕ ਨੇ ਤਾਂ ਘਰੋਂ 20 ਰੁਪਏ ਸੱਚਾ ਸੌਦਾ ਘਰੋਂ ਲਏ ਸੀਗੇ, ਅਤੇ ਜਿਹਦੇ ਪਿੱਛੇ ਉਹਨਾਂ ਘਰੋਂ ਡਾਂਟਾਂ ਵੀ ਪਈਆਂ ਸੀ ਉਸ ਵੇਲੇ ਦੇ ਟਾਈਮ 'ਤੇ, ਮੈਨੂੰ ਤਾਂ ਅੱਜ ਮੇਰੇ ਮਾਂ ਘਰ ਜਾਵਾਂ ਅਤੇ ਬੱਚੇ ਕੋਈ ਨਹੀਂ ਕਹਿੰਦੇ ਵੀ ਤੁਸੀਂ ਕਿਉਂ ਕਰਕੇ ਆਏ ਹੋ, ਉਹਨਾਂ ਨੇ ਝਿੜਕਾਂ ਖਾਧੀਆਂ, ਝਿੜਕ ਵੀ ਨਹੀਂ ਖਾਂਦਾ ਕਿਸੇ ਦੀ। ਸਰ ਸੋ ਤੁਸੀਂ, ਤੁਹਾਡਾ ਕਹਿਣ ਦਾ ਭਾਵ ਕੀ ਹੈ ਕਿ ਤੁਸੀਂ ਆਪਣੀ ਪੋਕਟ 'ਚੋਂ ਕਰ ਰਹੇ ਹੋ ਜੋ ਕੁਝ ਕਰ ਰਹੇ ਹੋ? ਹਾਂ, ਮੈਨੂੰ 4-5 ਦਿਨ ਪਹਿਲਾਂ ਇੱਕ ਐਡਵੋਕੇਟ ਹਰਪ੍ਰਤੀਕ ਸਿੰਘ ਨੇ ਚੰਡੀਗੜ੍ਹ ਹਾਈ ਕੋਰਟ ਦੇ, ਉਹਨਾਂ ਦਾ ਮੈਸੇਜ ਆਇਆ ਸੀ, ਅਕਾਊਂਟ ਨੰਬਰ ਦਿਓ, ਮੈਂ ਥੈਂਕ ਯੂ ਕਰ ਦਿੱਤਾ ਸੀ ਕਿ ਨਹੀਂ, ਕਹਿੰਦੇ ਤੁਸੀਂ ਬਹੁਤ ਸੇਵਾ ਕਰ ਰਹੇ ਹੋ,
ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੈਂ ਉਹਨਾਂ ਨੂੰ ਸ਼ੁਕਰੀਆ ਅਦਾ ਕੀਤਾ ਕਿ ਸਰਦਾਰ ਹਰਪ੍ਰੀਤ ਸਿੰਘ ਜੀ, ਤੁਹਾਡਾ ਕਹਿ ਦੇਣਾ ਹੀ ਮੇਰੇ ਨਾਲ ਬਹੁਤ ਵੱਡੀ ਗੱਲ ਹੈ ਕਿ ਮੈਂ ਤੁਹਾਡਾ ਰਿਣੀ ਹਾਂ। ਹਾਈ ਕੋਰਟ 'ਚ ਹਰਪ੍ਰੀਤ ਵਕੀਲ ਨੇ ਪੁੱਛ ਲਿਓ, ਜਾ ਕੇ ਉਹਨਾਂ ਨੂੰ ਮੈਸੇਜ ਮੇਰੇ ਵਟਸਐਪ 'ਤੇ ਭੇਜਿਆ ਸੀ ਉਹਨਾਂ ਨੇ ਅਕਾਊਂਟ ਨੰਬਰ ਸਮੇਤ। ਰਾਤ ਹੀ ਮੈਨੂੰ ਕਿਸੇ ਕੰਟਰੀ ਤੋਂ ਅੱਧੀ ਰਾਤ ਫੋਨ ਆਇਆ ਕਿ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ। ਮੈਂ ਉਹਨਾਂ ਨੂੰ ਥੈਂਕ ਯੂ ਕੀਤਾ ਸੀਗਾ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਇੰਨਾ ਕੁਛ ਕਰ ਲਵਾਂ ਕਿ ਲੋਕਾਂ ਕੋਲ ਆਪ ਮੰਗ ਮੰਗ ਕੇ ਲੋਕ ਮੈਨੂੰ ਕਹਿਣ ਵੀ ਇਹ ਲੈ ਕੇ ਖਾ ਗਿਆ। ਜਿੰਨਾ ਕੁ ਮੇਰੇ ਕੋਲੋਂ ਹੋ ਸਕਦਾ ਉੰਨਾ ਕੁ ਮੈਂ ਕਰਦਿਆਂ, ਉੰਨਾ ਹੀ ਬੜਾ। ਜੇ ਮੈਂ ਲੋਕਾਂ ਨੂੰ ਇਕੱਠਾ ਕਰਨ ਲੱਗਾ ਤਾਂ ਕੱਲ੍ਹ ਨੂੰ ਮੇਰੇ 'ਤੇ ਐਲੀਗੇਸ਼ਨ ਆ ਜਾਣਾ ਉਹ ਜੀ ਲੱਖਾਂ ਰੁਪਇਆ ਲੈ ਗਿਆ, ਹਜ਼ਾਰਾਂ 'ਚ ਵੰਡ ਗਿਆ, ਬਾਕੀ ਖਾਈ ਗਿਆ। ਸਰ ਅੱਜ ਦੀ ਆਪਾਂ ਦੇਖਣ ਯੋਗ ਦੇਖੀ, ਪੂਰੇ ਪੰਜਾਬ ਦੀ ਗੱਲ ਕਰਦਾ, ਮੈਂ ਅੰਮ੍ਰਿਤਸਰ ਦੀ ਗੱਲ ਨਹੀਂ ਕਰੂੰਗਾ, ਪੂਰੇ ਪੰਜਾਬ 'ਚ ਪੰਜਾਬ ਪੁਲਿਸ ਜੋ ਕਿ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ ਗਰੀਬਾਂ ਦਾ ਮਦਦ ਕਰ ਰਹੀ ਆ, ਗਰੀਬਾਂ ਨਾਲ ਚੱਲ ਰਹੀ ਆ। ਸਰ ਇਹਦੇ ਵਿੱਚ ਸਾਨੂੰ ਇਹ ਕੌਂਸਲਰ ਸਾਹਿਬ ਹਨ ਜਿਹੜੇ ਇਹਨਾਂ ਦੇ ਇਲਾਕਿਆਂ ਦੇ ਉਹਨਾਂ ਦੇ ਜਿਹੜੇ ਵੱਡੇ ਅਫਸਰ ਸਾਹਿਬ ਆ, ਕਿ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ ਕਿ ਜੋ ਅੱਜ ਪੰਜਾਬ ਪੁਲਿਸ ਕਰ ਰਹੀ ਆ, ਜੇ ਇਹਨਾਂ ਨੂੰ ਕਰਨਾ ਜੋ ਇਹ ਜੋ ਕੰਮ ਉਹਨਾਂ ਦੇ ਕਰਤੱਵ ਆ ਉਹ ਪੰਜਾਬ ਪੁਲਿਸ ਨਿਭਾ ਰਹੀ ਆ। ਸਰ ਇਹਦੇ ਬਾਰੇ ਤੁਹਾਡੇ ਕੀ ਕਹਿਣਾ? ਕੋਈ ਕਰਫਿਊ ਲੱਗੇ ਆ, ਠੀਕ ਆ, ਉਹਦੇ ਦੌਰਾਨ ਕੋਈ ਜੇ ਕੋਈ ਵਿਅਕਤੀ ਆਪਣੀ ਉਹਦੀ ਉਲੰਘਣਾ ਕਰਦਾ ਆ, ਠੀਕ ਆ, ਉਹਦੀ ਜਦੋਂ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰਨ ਲੱਗਦਾ ਆ, ਠੀਕ ਆ, ਉਹਦੇ ਵਿੱਚ ਤਾਂ ਜਦੋਂ ਕੋਈ ਫਿਰ ਤੁਹਾਨੂੰ ਅੱਗੇ ਕਿਸੇ ਕੌਂਸਲਰ ਜਾਂ MLA ਦਾ ਫੋਨ ਕਰਾ ਕੇ ਅਤੇ ਉਹ ਛੁੱਟ ਜਾਂਦੇ ਆ ਜਾਂ ਕੀ ਕਰਦੇ ਸਰ ਉਹਨਾਂ ਬਾਰੇ? ਨਹੀਂ ਜੀ, ਪਰਚੇ ਦੇਈਦੇ ਨੇ, ਜੋ ਸਾਡੇ ਸੀਨੀਅਰ ਅਫਸਰ ਸਾਹਿਬਾਂ ਦਾ ਹੁਕਮ ਆਵੇ, ਜਿੱਦਾਂ ਦਾ ਹੁਕਮ ਹੈ ਉਵੇਂ ਦਾ ਕਾਰਜ ਕਰੀਦਾ। ਜੇ ਅਫਸਰਾਂ ਦੀ ਇੰਸਟਰਕਸ਼ਨ ਆਉਂਦੀਆਂ ਪਰਚੇ ਦਰਜ ਕਰੋ, ਪਰਚੇ ਵੀ ਕਰ ਦਈਦੇ। ਜੇ ਕਹਿੰਦੇ ਵਾਂਡ ਕਰਕੇ ਸਮਝਾ ਕੇ ਤੋਰੋ, ਸਮਝਾ ਕੇ ਤੋਰ ਦਈਦੇ ਨੇ। ਹੁਣ ਜਿੱਦਾਂ ਦਾ ਹੁਕਮ ਆਉਂਦਾ ਉੱਦਾਂ ਦਾ ਕਰਦੇ। ਬਾਕੀ ਰਹੀ ਗੱਲ ਪ੍ਰੈਕਟੀਕਲ ਦੀ, ਮੈਂ ਮਾਣ ਨਾਲ ਕਹਿ ਸਕਦਾ ਮੇਰੇ ਹਲਕੇ ਦੇ MLA ਡਾਕਟਰ ਰਾਜ ਕੁਮਾਰੀ ਵੇਰਕਾ, ਉਹਨਾਂ ਮੈਨੂੰ ਇੱਕ ਵਾਰੀ ਨਹੀਂ ਕਿਹਾ ਬੰਦਾ ਛੱਡ ਦੇ ਕੋਈ। ਇਹ ਕਰੋਨਾ ਵਾਇਰਸ ਦੇ ਵਿੱਚ ਕਰਫਿਊ ਦੌਰਾਨ ਦੇ ਕਿਤੇ ਕਰਿਆ, ਰੂਟੀਨ 'ਚ ਉਹਨਾਂ ਮੈਨੂੰ ਕਦੀ ਫੋਨ 'ਤੇ ਨਹੀਂ ਕਿਹਾ ਵੀ ਕੋਈ ਬੰਦਾ ਛੱਡ ਦੇ। ਅਤੇ ਜੇ MLA ਨਹੀਂ ਕਹਿੰਦਾ ਤਾਂ ਕੌਂਸਲਰ ਨੇ ਕਿੱਥੋਂ ਕਹਿ ਲੈਣਾ? ਸਰ ਬਹੁਤ ਸੋਹਣੀ ਗੱਲ ਆ। ਤਾਂ ਸਰ ਚਲੋ ਤੁਹਾਡੀ ਨਰਮ ਦਿਲੀ ਵੀ ਦੇਖੀ, ਹੁਣ ਤੁਸੀਂ ਤੁਹਾਡੀ ਸਖਤ ਦਿਲੀ ਵੱਲ ਆ ਜਾਂਦੇ ਹਾਂ। ਸਖਤ ਦਿਲੀ ਪਿੱਛੇ ਵੀ ਤੁਸੀਂ ਕਾਫੀ ਜਿਹੜੇ ਯਾਨੀ ਕਿ ਜਿੱਦਾਂ ਕੋਈ ਕੇਸ ਹੋਏ ਆ ਜਿੱਥੇ ਇੱਕ ਡਕੈਤੀ ਵੀ ਹੋਈ ਸੀ, ਉਹਨਾਂ ਵੀ ਉਹ ਵੀ ਤੁਸੀਂ ਮੁਲਜ਼ਮ ਫੜੇ, ਸਰ ਉਹਦਾ ਵੀ ਉਚਾਰਨਾ ਸਹੀ ਕਰੋ। ਦੇਖੋ ਹਰ ਚੀਜ਼ ਦੇ ਦੋ ਪਾਰਟ ਹੈ, ਠੀਕ ਹੈ ਨਹੀਂ, ਇੱਕ ਗਰਮ ਹੈ ਅਤੇ ਇੱਕ ਨਰਮ ਹੈ, ਇੱਕ ਠੰਡਾ ਅਤੇ ਇੱਕ ਗਰਮ ਹੈ, ਇੱਕ ਸਖਤ ਹੈ ਇੱਕ ਨਰਮ ਹੈ। ਜਿੱਥੇ ਸਖਤੀ ਲੋੜ ਸੀ ਤੁਸੀਂ ਨਰਮੀ ਵਰਤੋਗੇ ਤਾਂ ਤੁਹਾਡਾ ਗੁਜ਼ਾਰਾ ਨਹੀਂ ਚੱਲੇਗਾ, ਜਿੱਥੇ ਨਰਮੀ ਦੀ ਲੋੜ ਸੀ ਸਖਤੀ ਵਰਤੋਗੇ ਤੁਹਾਡਾ ਗੁਜ਼ਾਰਾ ਨਹੀਂ ਚੱਲੇਗਾ। ਇਹ ਤਾਂ ਸਮੇਂ ਮੁਤਾਬਕ ਚੱਲਣਾ ਪੈਂਦਾ, ਜਿੱਦਾਂ ਦਾ ਕੋਈ ਰੋਲ ਕਰੇਗਾ ਤੁਹਾਨੂੰ ਉੱਦਾਂ ਦਾ ਹੀ ਕਰਨਾ ਪੈਣਾ। ਪੁਲਿਸ ਅਫਸਰ ਇੱਕ ਸਾਡੇ ਪਹਿਲੇ CP ਸਾਹਿਬ ਸ਼੍ਰੀ ਵਾਸਤਵਾ ਸਾਹਿਬ, ਉਹ ਕਹਿੰਦੇ ਹੁੰਦੇ ਸੀਗੇ ਜੋ ਇੱਥੇ CP ਸੀਗੇ, ਹੁਣ ਤਾਂ ADG ਬਣ ਗਏ ਨੇ, ਇਲਾਕੇ ਦੇ ਅੰਦਰ ਜੇ SHO ਖਾੜਕੂ ਹੈ ਨਾ ਤਾਂ ਇਲਾਕਾ ਕੰਟਰੋਲ ਹੇਠ ਰਹੂਗਾ, ਜੇ SHO ਢਿੱਲਾ ਤਾਂ ਇਲਾਕਾ ਵੀ ਢਿੱਲਾ ਹੋ ਜਾਊਗਾ। ਜਿੱਥੇ ਤੇਰੇ ਕ੍ਰਾਈਮ ਨੂੰ ਕੰਟਰੋਲ ਕਰਨ ਦੀ ਗੱਲ, ਉੱਥੇ ਤਾਂ ਸਖਤੀ ਵਰਤਣੀ ਪੈਣੀ ਹੈ। ਜਿੱਥੇ ਆਫਤ ਦੀ ਘੜੀ ਹੈ ਉੱਥੇ ਤਾਂ ਭਾਅ ਜੀ ਨਰਮੀ ਵਰਤਣੀ ਪੈਣੀ, ਉੱਥੇ ਲੋਕਾਂ ਦਾ ਸਹਿਯੋਗ ਦੇਣਾ ਹੀ ਪੈਣਾ ਹੈ। ਕਰਫਿਊ ਦਾ ਜਿੱਦਾਂ ਕਰੋਨਾ ਵੈਰ ਸਾਡੇ ਹਿੰਦੁਸਤਾਨ ਦੇ ਵਿੱਚ ਐਡੀ ਨਾਮਰਾਦ ਬਿਮਾਰੀ ਜਿਹੜੀ ਇੱਥੇ ਆ ਚੁੱਕੀ ਆ, ਸਰ ਉਹਨਾਂ ਵਾਸਤੇ ਆਪਣੇ ਲੋਕਾਂ ਨੂੰ ਤੁਸੀਂ ਕੀ ਜਾਗਰੂਕ ਕਰਦੇ ਹੋ? ਦੇਖੋ TV ਉੱਪਰ ਤੁਹਾਡੇ ਮੋਬਾਈਲ 'ਤੇ ਕਿਸੇ ਨੂੰ ਰਿੰਗ ਕਰ ਦਿਓ, ਸਭ ਤੋਂ ਪਹਿਲਾਂ ਆਉਂਦਾ ਕਰੋਨਾ ਵਾਇਰਸ ਤੋਂ ਬਚਣ ਲਈ ਉਪਰਾਲੇ ਕੀ ਕਰਨੇ ਨੇ, ਸਾਨੂੰ ਫੋਲੋ ਕਰਨੇ ਚਾਹੀਦੇ, ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਮੈਨ ਟੂ ਮੈਨ, ਠੀਕ ਹੈ। ਸੈਕਿੰਡ ਹੈਂਡ ਵਾਸ਼ ਕਰਨ ਲਈ ਆਹ ਵੀ ਦੇਖੋ, ਹੈਂਡ ਵਾਸ਼ ਕਰਨ ਲਈ ਰੱਖਿਆ ਆਉਂਦਾ, ਸੈਨੇਟਾਈਜ਼ ਕਰੀਦਾ ਸਾਰਿਆਂ ਨੂੰ, ਠੀਕ ਹੈ ਨਹੀਂ, ਸੈਨੇਟਾਈਜ਼ ਕਰੋ, ਕਿਸ ਨਾਲ ਹੱਥ ਮਿਲਾ ਲਿਆ ਹੈਂਡਸ਼ੇਕ, ਪਹਿਲੀ ਗੱਲ ਤਾਂ ਕਰੋ ਹੀ ਨਾ ਕਰੋ, ਉੱਥੇ ਹੱਥ ਸਾਫ਼ ਕਰੋ, ਸਾਬਣ ਨਾਲ ਧੋਵੋ, ਕਿਸੇ ਦਾ ਹੈਂਕੀ ਯੂਜ਼ ਨਾ ਕਰੋ, ਕਿਸੇ ਦੇ ਗਲੇ ਨਾ ਮਿਲੋ। ਅਤੇ ਮੈਂ ਤਾਂ ਜਿਹੜੇ ਨਹੀਂ ਗੱਲ ਕਹਿਣੀ ਉਹ ਕਹਿਣ ਜਾ ਰਹੇ, ਨਾ ਕਿਸੇ ਘਰ ਜਾਓ, ਨਾ ਕਿਸੇ ਨੂੰ ਘਰ ਬੁਲਾਓ,